ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਪਿਛਲੇ ਵੀਰਵਾਰ ਅਸੀਂ ਸਰਦਾਰ ਪਰਮਜੀਤ ਸਿੰਘ ਅਤੇ ਦਾਸ ਅਸੀਂ ਨਨਕਾਣਾ ਸਾਹਿਬ ਮੱਥਾ ਟੇਕਣ ਗਏ ਸੀ, ਔਰ ਨਾਲ ਹੀ ਉੱਥੋਂ ਦੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਵੀ ਲੈਣ ਗਏ ਵੀ ਜਿਹੜਾ ਨਗਰ ਕੀਰਤਨ 28 ਅਕਤੂਬਰ ਨੂੰ ਦਿੱਲੀ ਤੋਂ ਨਿਕਲ ਰਿਹਾ ਨਨਕਾਣਾ ਸਾਹਿਬ ਵਾਸਤੇ, ਉਹਦੇ ਸਾਰੇ ਪ੍ਰਬੰਧਾਂ ਨੂੰ ਪੂਰਾ ਦੇਖਣ ਵੀ ਗਏ ਅਤੇ ਕੋਈ ਕਮੀ ਨਾ ਰਹਿ ਜਾਏ, ਇਸ ਕਰਕੇ ਵੀ ਸਾਡਾ ਉੱਥੇ ਚੱਕਰ ਲੱਗਣਾ ਸੀ। ਉੱਥੇ ਜਾ ਕੇ ਸਨ ਇਸ ਗੱਲ ਦੀ ਸਾਨੂੰ ਤਾਂ ਅੱਗੇ ਹੀ ਕਨਫਰਮ ਸੀ ਇਹ ਗੱਲ ਵੀ ਸਰਸੇ ਦੇ ਕੋਲ ਕੋਈ ਕਾਗਜ਼ੀ ਪੱਤਰ, ਕੋਈ ਪਰਮਿਸ਼ਨ ਉੱਥੋਂ ਦੀ ਹਕੂਮਤ ਨੇ ਜਾਂ ਪਾਕਿਸਤਾਨ ਗੁਰਦੁਆਰਾ ਕਮੇਟੀ ਨੇ ਜਾਂ ਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਨੇ ਕਿਸੇ ਕਿਸਮ ਦੀ ਕੋਈ ਪਰਮਿਸ਼ਨ ਇਹਨਾਂ ਨੂੰ ਨਹੀਂ ਦਿੱਤੀ ਹੋਈ, ਪਰ ਲਗਾਤਾਰ ਗੁਰਦੁਆਰਿਆਂ ਦੇ ਵਿੱਚ ਬੈਠ ਕੇ ਗ੍ਰੰਥੀਆਂ ਕੋਲੋਂ ਝੂਠ ਬੁਲਵਾਉਣਾ, ਸੰਗਤਾਂ ਦੇ ਕੋਲੋਂ ਪੈਸੇ ਐਂਠਣੇ, ਸੋਨਾ ਮੰਗਣਾ, ਚਾਂਦੀ ਮੰਗਣੀ, ਕਿਸੇ ਕੋਲੋਂ ਚੋਰ ਮੰਗਣੀ, ਇਹ ਲੁੱਟ ਕਸੁੱਟ ਜਿਹੜੀ ਹੈ ਨਿਰੰਤਰ ਪਿਛਲੇ 2 ਮਹੀਨੇ ਤੋਂ ਚੱਲ ਰਹੀ ਹੈ। ਔਰ ਇਹ ਸਾਰੀ ਲੁੱਟ ਦਾ ਸਰਗਨਾ ਜਿਹੜਾ ਹੈ ਉਹ ਮਨਜਿੰਦਰ ਸਿੰਘ ਸਰਸਾ ਹੈਗਾ। ਵੱਡੇ ਸਰਗਨਿਆਂ ਦੀ ਤਾਂ ਮੈਂ ਗੱਲ ਨਹੀਂ ਕਰਦਾ ਕਿਉਂਕਿ ਵੱਡਿਆਂ ਸਰਗਨਿਆਂ ਦਾ ਤਾਂ ਇਹਦੇ ਉੱਪਰ ਹੱਥ ਹੈਗਾ ਅਤੇ ਉਸੇ ਕਰਕੇ ਇਹ ਬੇਖੌਫ ਬੇਲਗਾਮ ਲੁੱਟ ਕਸੁੱਟ ਜਾਰੀ ਕਰ ਰਿਹਾ। ਔਰ ਟੂ ਸੈੱਟ ਐਟ ਰੈਸਟ ਐਵਰੀਥਿੰਗ, ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਨੇ ਸਾਨੂੰ ਚਿੱਠੀ ਵੀ ਦਿੱਤੀ ਹੈ ਜਿਹਦੀ ਲੋੜ ਨਹੀਂ ਸੀ, ਪਰ ਉਹ ਚਿੱਠੀ ਉਹਨਾਂ ਨੇ ਦਿੱਤੀ ਹੈ ਵੀ ਇਹ ਤੁਸੀਂ ਚਿੱਠੀ ਜ਼ਰੂਰ ਜਾ ਕੇ ਆਪਣੇ ਨਾਲ ਲੈ ਕੇ ਜਾਓ। ਉਸ ਚਿੱਠੀ 'ਚ ਉਹਨਾਂ ਨੇ ਲਿਖਿਆ ਹੈਗਾ ਵੀ ਇਹ ਨਗਰ ਕੀਰਤਨ ਦੀ ਇਜਾਜ਼ਤ ਪਰਮਜੀਤ ਸਿੰਘ ਸਰਨਾ ਨੇ ਨੂੰ ਹੀ ਮਿਲੀ ਹੋਈ ਹੈ, ਜੋ ਐਕਸ ਪ੍ਰੈਜੀਡੈਂਟ ਹੈਗੇ ਦਿੱਲੀ ਗੁਰਦੁਆਰਾ ਕਮੇਟੀ ਦੇ। ਉਸ ਤੋਂ ਉਪਰੰਤ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸਤਵੰਤ ਸਿੰਘ ਹੋਰਾਂ ਦੀ, ਜਿਹਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਹੈ ਵੀ ਜਿਹੜਾ ਨਗਰ ਕੀਰਤਨ ਸਰਦਾਰ ਪਰਮਜੀਤ ਸਿੰਘ ਸਰਨਾ ਲੈ ਕੇ ਆ ਰਹੇ ਨੇ। ਮੈਂ ਸਾਰੀਆਂ ਕਮੇਟੀਆਂ ਨੂੰ ਅਪੀਲ ਕਰਦਾ, ਦਿੱਲੀ ਕਮੇਟੀ ਨੂੰ, ਸ਼੍ਰੋਮਣੀ ਕਮੇਟੀ ਨੂੰ, ਪਟਨਾ ਸਾਹਿਬ ਕਮੇਟੀ ਨੂੰ, ਹਜ਼ੂਰ ਸਾਹਿਬ ਕਮੇਟੀ ਨੂੰ ਅਤੇ ਸਾਰੇ ਜਥੇਦਾਰਾਂ ਨੂੰ ਤਖਤਾਂ ਦੇ ਬਈ ਉਹ ਜ਼ਰੂਰ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀ ਸ਼ੋਭਾ ਵਧਾਉਣ। ਪਰ ਇਤਨੀ ਕੁ ਗੱਲ ਕਈਆਂ ਨੂੰ ਸਮਝ ਆ ਗਈ ਹੈ, ਕਈਆਂ ਨੂੰ ਹਾਲੇ ਤੱਕ ਗੱਲ ਸਮਝ ਵੀ ਨਹੀਂ ਆ ਰਹੀ ਅਤੇ ਗੱਲ ਹਜ਼ਮ ਹੀ ਨਹੀਂ ਹੋ ਰਹੀ। ਅੱਜ ਸਵੇਰੇ ਸਰਦਾਰ ਦਲਜੀਤ ਸਿੰਘ ਚੀਮਾ ਦਾ ਬਿਆਨ ਸੀ ਵੀ ਨਗਰ ਕੀਰਤਨ ਤਾਂ ਇੱਕੋ ਹੀ ਨਿਕਲੇਗਾ, ਪਰ ਇਹ ਸਾਡੇ ਨਾਲ ਸਿਆਸਤ ਹੋਈ ਹੈ ਜੀ। ਸਿਆਸਤ ਕਿਸੇ ਨੇ ਚੀਮਾ ਸਾਹਿਬ ਤੁਹਾਡੇ ਨਾਲ ਨਹੀਂ ਕੀਤੀ, ਤੁਸੀਂ ਗੰਦੀ ਸਿਆਸਤ ਸੰਗਤ ਨਾਲ ਜ਼ਰੂਰ ਕੀਤੀ ਹੈ ਕਿ। ਔਰ ਮੈਂ ਚਾਹਾਂਗਾ ਬਈ ਕਿਉਂਕਿ ਹੁਣ ਤੁਸੀਂ ਮੰਨ ਰਹੇ ਹੋ ਵੀ ਨਗਰ ਕੀਰਤਨ ਇੱਕੋ ਹੀ ਨਿਕਲੇਗਾ, ਤੁਸੀਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਵੋ ਔਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਨਤਮਸਤਕ ਹੋ ਕੇ ਜਿਹੜੀਆਂ ਵੀ ਕੋਈ ਭੁੱਲ ਚੋਂ ਕੋਈ ਤੁਹਾਡੇ ਕੋਲ ਹੋਈ ਹੋਵੇ ਉਹਦੀ ਜਾ ਕੇ ਤੁਸੀਂ ਇਹਤਰਾਮ ਕਰੋ ਨਨਕਾਣਾ ਸਾਹਿਬ ਜਾ ਕੇ। ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਇੱਕ ਪ੍ਰੈਸ ਰਿਲੀਜ਼ ਦਿੱਤੀ ਹੈਗੀ ਵੀ ਨਗਰ ਕੀਰਤਨ ਜਿਹੜਾ ਹੈ ਉਹ ਇੱਕੋ ਹੀ ਨਿਕਲੇਗਾ। ਇਹ ਬੜੀ ਖੁਸ਼ੀ ਦੀ ਗੱਲ ਹੈਗੀ, ਨਗਰ ਕੀਰਤਨ ਇੱਕੋ ਹੀ ਨਿਕਲਣਾ ਚਾਹੀਦਾ ਸੀ। ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਤੁਸੀਂ ਸਾਰੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਵੋ, ਸ਼ਾਮਲ ਹੋ ਕੇ ਗੁਰੂ ਦੀ ਸ਼ੋਭਾ ਦੇ ਵਿੱਚ ਆਪਣਾ ਹਿੱਸਾ ਪਾਓ। ਗੁਰੂ ਨਾਨਕ ਸਾਹਿਬ ਦਾ ਨਾਂ ਜਪਦੇ ਹੋਏ ਨਨਕਾਣਾ ਸਾਹਿਬ ਤੁਸੀਂ ਜ਼ਰੂਰ ਜਾਓ। ਔਰ ਇੱਕ ਮੈਂ ਹੋਰ ਬੇਨਤੀ ਕਰਨੀ ਚਾਹਾਂਗਾ ਦਿੱਲੀ ਗੁਰਦੁਆਰਾ ਕਮੇਟੀ ਨੂੰ, ਬਈ ਜਿਹੜਾ ਤੁਸੀਂ ਮਾਲ ਸੁਭਾਵ ਝੂਠ ਫਰੇਬ ਨਾਲ ਇਕੱਠਾ ਕੀਤਾ ਹੋਇਆ ਹੈ, ਇਹ ਸਾਰਾ ਮਾਲ ਸੁਭਾਵ ਤੁਸੀਂ ਗਿਣਤੀ ਕਰਕੇ ਸੰਗਤ ਨੂੰ ਹਿਸਾਬ ਦਿਓ ਅਤੇ ਉਹ ਸਾਰਾ ਪੈਸਾ ਜਿਹੜੀਆਂ ਟੀਚਰਾਂ ਭੁੱਖੀਆਂ ਮਰਦੀਆਂ ਪਈਆਂ ਨੇ, ਜਿਨ੍ਹਾਂ ਨੂੰ ਤਨਖਾਹ ਨਹੀਂ ਮਿਲੀ, ਇਹ ਪੈਸਾ ਉਹਨਾਂ ਦੇ ਵਿੱਚ ਵਿਤਰਨ ਕਰੋ
ਤਾਂ ਕਿ ਉਹ ਸਕੂਲਾਂ ਦੇ ਵਿੱਚ ਤਲੀਮ ਚੰਗੀ ਦੇ ਸਕਣ, ਇਹ ਪੈਸਾ ਵੀ ਅਰਥ ਲੱਗ ਸਕੇ। ਇੱਕ ਮੈਂ ਬੇਨਤੀ ਕਰ ਦੇਣੀ ਚਾਹੁੰਦਾ ਦਿੱਲੀ ਦੀ ਸੰਗਤ ਨੂੰ, ਬਈ ਕਾਫੀ ਤੁਹਾਨੂੰ ਗੁੰਮਰਾਹ ਕੀਤਾ ਗਿਆ ਪਿਛਲੇ ਡੇਢ ਦੋ ਮਹੀਨਿਆਂ ਤੋਂ। ਇਸ਼ਤਿਹਾਰ ਵੀ ਨਿਕਲੇ, ਐਲਾਨ ਵੀ ਹੋਏ ਗੁਰਦੁਆਰੇ ਦੀਆਂ ਸਟੇਜਾਂ ਤੋਂ ਵੀ, ਪਰ ਹੁਣ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਵੀ ਟਾਈਮ ਬਹੁਤ ਥੋੜ੍ਹਾ ਰਹਿ ਗਿਆ ਸਾਡੇ ਕੋਲ ਅਗਲੇ 8-10 ਦਿਨਾਂ ਦੇ ਵਿੱਚ। ਜਿਹੜੀ ਵੀ ਸੰਗਤ ਜਾਣਾ ਚਾਹੁੰਦੀ ਹੋਵੇ ਉਹ ਸਾਨੂੰ ਕੰਟੈਕਟ ਕਰੇ, ਆਪਣੇ ਪਾਸਪੋਰਟ ਦੀਆਂ ਫੋਟੋ ਕਾਪੀਆਂ, ਵੀਜ਼ਾ ਫਾਰਮ ਫਿਲ ਅਪ ਕਰਕੇ, ਜਾਂ ਉੱਥੇ ਰਕਾਬਗੰਜ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਹੀ ਦੇਣ, ਜਾਂ ਇੱਥੇ 2061 ਵਜ਼ੀਰਪੁਰ ਇੰਡਸਟਰੀਅਲ ਏਰੀਆ ਮੈਂ ਬੈਠਦਾ, ਇੱਥੇ ਦੇਣ, ਔਰ ਜਲਦ ਤੋਂ ਜਲਦ ਇਹ ਪ੍ਰਕਿਰਿਆ ਜਿਹੜੀ ਹੈਗੀ ਅਸੀਂ ਖਤਮ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।